ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਖਿਲਾਫ ਸੋਮਵਾਰ ਨੂੰ ਅਜਨਾਲਾ 'ਚ ਅਕਾਲੀ ਦਲ ਨੇਤਾਵਾਂ ਨੇ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ਤੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨਾ, ਅਕਾਲੀ ਵਰਕਰਾਂ ਤੇ ਝੂਠੇ ਪਰਚੇ ਅਤੇ ਕਾਂਗਰਸੀਆਂ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਵਰਗੇ ਮੁੱਦੇ ਤੇ ਉਹ ਚੁੱਪ ਨਹੀਂ ਬੈਠਣਗੇ। ਸਬ ਡਿਵੀਜ਼ਨ ਤਹਿਤ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਹਨੂੰ ਲੈ ਕੇ ਤੇ ਜਿਹੜੇ ਲੋਕਾਂ ਤੇ ਝੂਠੇ 307, 326, 302 ਦੇ ਪਰਚੇ ਬਣਾਏ ਜਾ ਰਹੇ ਆ, ਜਿਨ੍ਹਾਂ ਦਲਿਤਾਂ ਨੂੰ ਪਲਾਟ ਦੇਣ ਦੀ ਜਗ੍ਹਾ ਉਹਨਾਂ ਦੇ ਪਲਾਟ ਖੋਏ ਜਾ ਰਹੇ ਆ, ਜਿਹੜੇ ਕਿਸਾਨ ਅੱਜ ਮਜਬੂਰੀ ਬਸ ਜਿਨ੍ਹਾਂ ਨੂੰ ਲਾਰਾ ਲਾਇਆ ਸੀ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ, ਮਗਰ ਅੱਜ ਉਨੇ ਦਿਨ ਸਰਕਾਰ ਦੇ ਪੂਰੇ ਨਹੀਂ ਹੋਏ ਜਿੰਨੇ ਕਿਸਾਨ ਖੁਦਕੁਸ਼ੀ ਕਰ ਗਏ ਆ, ਜਾਂ ਜਿਨ੍ਹਾਂ ਨੌਜਵਾਨਾਂ ਨੂੰ ਹਰ ਘਰ ਨੌਕਰੀ ਦਾ ਝਾਸਾ ਦੇ ਕੇ ਅੱਜ ਚੰਨੀ ਸਾਹਿਬ ਜਾਂ ਕਾਂਗਰਸ ਪਾਰਟੀ ਠੱਗਣ ਨੂੰ ਫਿਰਦੀ ਹੈ। ਥਾਣੇਦਾਰ ਗਲਤ ਕੰਮ ਕਰ ਰਹੇ ਆ। ਜੇ ਬੇਅਦਬੀ ਹੋਈ ਤੁਸੀਂ ਬੇਅਦਬੀ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਫੜਾਇਆ, ਉਹਨੂੰ ਪਿੰਡ ਦਾ ਗੇੜਾ ਖਟਾਉਣ ਦੀ ਜਗ੍ਹਾ ਵਾਪਸ ਉੱਥੇ ਲਿਆਉਣ 'ਤੇ ਮੌਕੇ ਦਾ ਮਤਲਬ ਵੀ ਕੋਈ ਨਹੀਂ ਸੀ। ਚਾਰ ਸੜਕਾਂ 'ਚ ਹੀ ਲੈ ਜਾਂਦੇ ਉਹਨੂੰ, ਜਦ ਪਿੰਡ ਵਾਲਿਆਂ ਦੇ ਮਨ 'ਚ ਰੋਸ ਸੀ ਉੱਥੇ ਮਾਹੌਲ ਵਿਗਾੜਨਾ, ਫਿਰ ਮਾਹੌਲ ਵਿਗਾੜ ਕੇ ਅਣਪਛਾਤੇ ਪਰਚੇ ਕਰਦੇ ਨੇ, ਸਿਆਸੀ ਰੰਜਿਸ਼ਾਂ, ਸਿਆਸੀ ਕਿਹੜਾ ਕੱਢਣੀਆਂ, ਉਸ ਗੱਲ ਦੇ ਖਿਲਾਫ਼ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਮਧੂ ਛਾਂਗੇ ਜੋ ਹੋਇਆ ਹੋਰ ਪਿੰਡਾਂ 'ਚ ਹੋਇਆ ਉਹਦਾ ਵਿਸਥਾਰ ਪੂਰਵਕ ਬਿਆਨ ਵੀ ਕੀਤਾ। ਇਸ ਦੇ ਵਿੱਚ ਧਿਆਨ ਦੇ ਵਿੱਚ ਹੋਏਗਾ ਕਿ 4-5 ਮਹੀਨੇ ਸਰਕਾਰ ਬਣੀ ਨੂੰ ਹੋਏ ਨੇ ਬਹੁਤ ਵੱਡੇ ਜਿਹੜੇ ਲਾਰੇ ਲਾਏ ਸੀ ਸੁੱਖ ਸਹੂਲਤਾਂ ਦੇ, ਉਹ ਤਾਂ ਕੀ ਦੇਣੇ ਸੀ, ਉਲਟਾ ਹਰ ਘਰ ਦਾ ਜਿਹੜਾ ਪੀੜਿਤ ਉਹ ਨਜ਼ਰ ਆ ਰਿਹਾ। ਜਿੰਨਾ ਵੱਡਾ ਅੱਜ ਰੋਸ ਧਰਨੇ ਦੇ ਵਿੱਚ ਇਕੱਠ ਹੋਇਆ ਵਧੀਕੀਆਂ ਦੇ ਖਿਲਾਫ਼, ਉਹ ਵੀ ਮੇਰਾ ਪਹਿਲੀ ਵਾਰੀ ਹੋਣਾ ਨਹੀਂ, ਤਾਂ ਅੱਗੇ 2-4 ਸਾਲ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਗੱਲਾਂ ਜਾਂਦੀਆਂ। ਇਸ ਲਈ ਕਾਂਗਰਸ ਨੇ ਚਿੱਟੇ ਦਿਨ ਜਿਹੜੀ ਠੱਗੀ ਮਾਰੀ, ਕਿਸਾਨ ਵੀਰਾਂ ਨਾਲ ਜਿਹੜੇ ਕਰਜ਼ੇ ਮਾਫ਼ ਕਰਨੇ ਸੀ, ਨੌਕਰੀਆਂ ਘਰ ਘਰ ਦੇਣੀਆਂ ਸੀ, ਮੋਬਾਈਲਾਂ ਦੇਣੀਆਂ ਸੀ, ਬੱਚਿਆਂ ਨੂੰ ਸਕੂਟਰੀਆਂ ਦੇਣੀਆਂ ਸੀ, ਲੈ ਕੇ ਹੋਰ ਕਈ ਗੱਲਾਂ ਉਹਨਾਂ ਕੀਤੀਆਂ ਸੀ ਜਿਹੜੀਆਂ ਬਹੁਤ ਪੂਰੀਆਂ ਕੀ ਹੋਣੀਆਂ। ਉਲਟਾ ਕਬਜ਼ੇ ਜ਼ਮੀਨਾਂ ਦੇ ਕਰਨੀਆਂ ਸ਼ੁਰੂ ਕਰਤੇ, ਜਾਇਦਾਦ ਦੀਆਂ ਜ਼ਮੀਨਾਂ ਦੇ ਹੋਣੇ ਸ਼ੁਰੂ ਹੋ ਗਏ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਅਕਾਲੀ ਵਰਕਰਾਂ ਦੀਆਂ ਇਹ ਮੰਗਾਂ ਪੂਰੀਆਂ ਹੋਣਗੀਆਂ ਜਾਂ ਨਹੀਂ। ਅਜਨਾਲਾ ਤੋਂ ਪੰਕਜ ਸਿੰਘ, ਖਬਰ ਹਰਪਲ ਇੰਡੀਆ ਲਈ।